स्वागत है किसान वीरो सदक डेयरी फार्मिंग दे विच। किसान वीरो अज जिहड़ी वीडियो बना रहे हैं पिंड माछी के, इस पिंड नू तहसील निहाल सिंह वाला पैंदी है ते जिला मोगा, मोगे तो बरनाला रोड दे उत्ते ये पिंड आउंदा है। जिहड़े घर चो वीडियो बना रहे हैं बाई कोलों काफ़ी वीडियो बनाईआं है, वपार दा कम है, मझां ते गावां दोनों तरह के पशु आउंदे है। थोड़ा चिर पहले एक जरसी गां दी वीडियो बनाई सी जिहदे अर्गा थण हवाना छेती, उदू बाद मैं भी बेशक बहुत वीडियो बनाउणा होर किसी वीडियो च नहीं आया। अज जिहड़ी वीडियो बननी इहदे च एक मझ तुहानू दिखाउणी है, दुध वाले पक्ष तो बहुत चंगी मझ बई दसदा, ताजी है, सूई भी है। सो वीडियो नू तुसीं एंड तक देखते रहो, वीडियो दे विच ही इहदियां तारां भी तुहानू दिखा देणियां, थणां दे विचों किद्दां दीआं तारां आउंदियां, जंप समा थणां दा किद्दां दा करदी है। हालांकि वीडियो जिहड़ी बन रही है पौने 12 दा टाइम है, 11:43 स्क्रीन ते दिसदे है, उस हिसाब से तुसीं टाइम नू नोट कर लो जी। आओ डिटेल बाई तो पुछ गए। ਬਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸ ਦੀ ਬਾਈ? ਨਾਮ ਬਲਵਿੰਦਰ ਸਿੰਘ ਆ ਬਾਈ। ਠੀਕ ਹੈ ਬਲਵਿੰਦਰ ਬਾਈ, ਅੱਜ ਜਿਹੜੀ ਇਹ ਮੱਝ ਆਪਾਂ ਵਕਾਊ ਕੀਤੀ ਹੈ, ਕਿਨਵਾਂ ਸੂਆ ਹੈ ਇਹ? ਬਾਈ ਤੀਜਾ ਸੂਆ ਸੂਈ ਹੈ ਜਗਜੀਤ। ਕਿੰਨੇ ਦਿਨ ਹੋ ਗਏ ਅੱਜ ਸੂਈ ਨੂੰ? ਅੱਜ ਨੂੰ ਸੂਈ ਨੂੰ 3 ਦਿਨ ਹੋ ਗਏ, ਚੌਥਾ ਦਿਨ ਆ ਵੀਰੇ। ਠੀਕ ਹੈ, ਚੌਥਾ ਦਿਨ ਆ ਤੇ ਹੁਣ ਦੁੱਧ ਕਿੰਨਾ ਖਾਊਗਾ? ਦੁੱਧ ਹੁਣ ਮੰਨ ਕੇ ਚੱਲ ਪਾ ਵੀ 14 ਕਿਲੋ ਹੋਊਗਾ ਤਿਆਰ ਬੋਲਾ ਜਿਹੜਾ, ਪਰ 13.5 ਕਿਲੋ ਤਾਂ ਆਪਾਂ ਕੰਡੇ ਤੇ ਜੋਖ ਕੇ ਦੇ ਦਾਂਗੇ, ਲੀਟਰਾਂ ਵਾਲਾ ਦੁੱਧ ਨਹੀਂ ਵੀਰੇ ਕਿਲੋਆਂ 'ਚ। ਠੀਕ ਹੈ, 13.5 ਕਿਲੋ ਯਾਨੀ 13 ਕਿਲੋ ਮੰਨ ਲਓ ਕੰਡੇ ਤੇ ਤੋਲ ਦਿਆਂਗੇ, 13 ਦਾ ਕੰਡੇ ਤੇ ਤੋਲ ਲਾਂਗੇ, ਦੁੱਧ ਤਾਂ ਬਾਈ ਸਾਹਮਣੇ ਹੀ ਆ ਜਾਣਾ ਹਨਾ। ਸਹੀ ਹੈ, ਚਾਹੇ ਜਿਹਨੇ ਵੀ ਲੈਣੀ ਆ 2 ਟਾਈਮ ਛੱਡ ਕੇ 3 ਟਾਈਮ ਚੋਲੇ ਵੀ, ਆਪਾਂ ਨੂੰ ਕੋਈ ਦਿੱਕਤ ਨਹੀਂ। ਠੀਕ ਹੈ, ਕੀ ਡਿਮਾਂਡ ਇਹਦੀ ਰੱਖਦੇ ਹੋ? ਡਿਮਾਂਡ ਜਗਜੀਤ ਵੀਰੇ 1.35 ਦੀ ਮੈਂ ਦੇ ਦਿਆਂਗੇ। ਬੱਚਾ ਇਹਦੇ ਨਾਲ ਕੀ ਹੈ? ਬੱਚਾ ਕੱਟਾ ਬਾਈ, ਖੋਲੀ ਇਹਨੂੰ। ਸੋ ਦੋਸਤੋ ਬੱਚਾ ਇਹਦੇ ਨਾਲ ਮੇਲ ਕਾਫ ਆ, ਹਜੇ ਦਿਨ ਚੌਥਾ ਹੀ ਆ ਦੋਸਤੋ, ਤੇ ਦੁੱਧ 13 ਕਿਲੋ ਕੰਡੇ ਉੱਤੇ ਵੀਰ ਕਹਿੰਦਾ ਵੀ ਬੇਸ਼ੱਕ 2 ਟਾਈਮ ਤੋਲ ਕੇ ਲੈ ਲਓ ਜੇ। ਹਵਾਨਾ ਜਿੰਨਾ ਵੀ ਹੈਗਾ ਉਹ ਪੱਟਾਂ ਦੇ ਸਾਹਨ 'ਚ ਚੌੜਾ ਇਹਦੇ। ਵੇਲ ਜੇ ਗੱਲ ਕਰੀਏ ਦੋਸਤੋ ਤਾਂ ਲੰਬਾਈ ਮੱਝ ਦੀ ਤੁਹਾਨੂੰ ਦੱਸਦੀ ਹੋਣੀ ਹੈ, ਬਹੁਤ ਹੈ। ਕੱਦ ਵੀ ਚੰਗਾ, ਹਵਾਨਾ ਜਿਵੇਂ ਮੈਂ ਪਹਿਲਾਂ ਦੱਸਿਆ ਸੀ ਉਹ ਲੱਤਾਂ ਦੇ ਸਾਹਨ 'ਚ ਚੌੜਾ ਹਵਾਨਾ ਪੂਰਾ ਦਿਖਾਉਂਦੀ ਹੈ। ਥਣ ਜਿਹੜੇ ਆ ਉਹ ਅਗਲੇ ਪਾਸੇ ਨੂੰ ਜਿਹੜਾ ਉਹ ਜ਼ਿਆਦਾ ਝੁਕਾ ਜਿਹੜਾ ਲੱਗਦਾ, ਪਰ ਹਵਾਨਾ ਪਛਾਣ ਨੂੰ ਵੀ ਫੁੱਲ ਹੈ। ਸੋ ਇਹ ਮੱਝ ਦੋਸਤੋ ਵੀਰ ਕੋਲ ਅੱਜ ਵਿਕਰੀ ਵਾਲੀ ਹੈ, ਤਾਜ਼ੀ ਬਿਲਕੁਲ ਸੂਈ ਹੋਈ ਹੈ, ਦੁੱਧ ਵਾਲੇ ਪੱਖ ਤੋਂ ਬਹੁਤ ਚੰਗੀ ਮੱਝ ਹੈ, ਕਿਉਂਕਿ ਚੌਥੇ ਦਿਨ ਹੀ 13 ਕਿਲੋ ਦੁੱਧ ਜਿਹੜਾ ਹੋਣਾ ਤਾਂ ਉਹ ਆਪਾਂ ਸਾਰੇ ਜਾਣਦੇ ਹਾਂ ਵੀ ਮੱਝ ਜਿਹੜੀ ਉਹ ਚੰਗਾ ਦੁੱਧ ਪਾਊਗੀ, ਕਿਉਂਕਿ 20 ਦਿਨ 25 ਦਿਨ ਦੁੱਧ ਵਧੂ ਵੀ ਜਾਗੜੂ ਇਹ ਜੇ ਕਿਸੇ ਨੇ ਸਪੈਸ਼ਲ ਸਾਂਭਣੀ ਆ। ਠੀਕ ਹੈ, 18-19 ਕਿਲੋ ਤਾਂ ਬੜੇ ਆਰਾਮ ਨਾਲ ਦਿੱਤਾ ਬਾਈ। ਠੀਕ ਹੈ, ਛੱਡੀ ਬੱਚਾ ਫਰੇ ਦੇ ਬਾਈ। ਸੋ ਦੋਸਤੋ ਬੱਚਾ ਛੱਡ ਕੇ ਤੁਹਾਨੂੰ ਧਾਰਾਂ ਜਿਹੜੀਆਂ ਉਹ ਜ਼ਰੂਰ ਦਿਖਾ ਦੇਣੀਆਂ। ਧਾਰਾਂ ਸਿਰਫ ਇਸ ਕਰਕੇ ਦਿਖਾ ਰਹੇ ਹਾਂ ਵੀ ਦੂਰ ਤੋਂ ਜੇ ਕੋਈ ਵੀਰ ਆਉਂਦਾ ਤਾਂ ਉਹਨੂੰ ਪਤਾ ਹੋਵੇ ਵੀ ਕਿੱਦਾਂ ਦਾ ਥਣ ਚੋਂ ਪਸਮਾ ਸ਼ਾਮੇ ਕਰਨ ਨੂੰ ਨਹੀਂ ਖੜੀ ਰਹਿੰਦੇ ਕੋਈ ਨਹੀਂ ਇੱਥੇ। ਪਰ ਨਾਲ ਇਹ ਵੀ ਬੇਨਤੀ ਹੈ ਵੀ ਜਿਹਨੇ ਖਰੀਦਣੀ ਹੈ ਹਰੇਕ ਪੱਖ ਤੋਂ ਉਹਨੇ ਆਪ ਆ ਕੇ ਦੇਖਣਾ, ਆਪਦੀ ਤਸੱਲੀ ਕਰਿਓ, ਤੁਸੀਂ ਪੈਸੇ ਲਾਉਣੇ ਆ। ਪਸਮਾ ਦੇ ਵਿੱਚ ਥਣ ਕਿੱਦਾਂ ਦਾ ਕੱਢੂਗੀ ਉਹ ਤੁਹਾਨੂੰ ਜ਼ਰੂਰ ਮੈਂ ਦਿਖਾ ਦੂੰਗਾ। ਹਵਾਨਾ ਦੱਸੋ ਇਹਦਾ ਚੌੜਾ ਕਾਫੀ, ਉਹ ਤੁਹਾਨੂੰ ਮੈਂ ਦੱਸਿਆ ਸੀ, ਇੱਥੋਂ ਤੁਸੀਂ ਦੇਖ ਸਕਦੇ ਹੋ। ਸੋ ਦੋਸਤੋ ਪਸਮਾ ਮੱਝ ਨੇ ਕਰ ਲਿਆ, ਮੈਂ ਤੁਹਾਨੂੰ ਜ਼ਰੂਰ ਇਹਦਾ ਥਣਾਂ ਦਾ ਪਸਮਾ ਦਿਖਾ ਦਿੰਦਾ, ਇੱਦਾਂ ਦਾ ਪਸਮਾ ਇਹਨੇ ਥਣਾਂ ਦੇ ਵਿੱਚੋਂ ਕੀਤਾ। ਦੁੱਧ ਵੀ ਜਿਹੜਾ ਉਹ ਤੁਹਾਨੂੰ ਵੀਡੀਓ 'ਚ ਦਿਖਾ ਦੇਣਾ ਜਿੰਨਾ ਹੁਣ ਦੇਊਗੀ, ਹਾਲਾਂਕਿ ਟਾਈਮ ਮੈਂ ਦੁਬਾਰਾ ਦੱਸ ਦਿੰਦਾ 11:47 ਹੋ ਗਏ ਆ। ਸੋ ਇਹ ਸਿਰਫ ਧਾਰਾਂ ਤੁਹਾਨੂੰ ਦਿਖਾਉਣੀਆਂ ਜਾਂ ਇਹ ਕਹਿ ਲਓ ਵੀ ਐਂਡ 'ਤੇ ਦੁੱਧ ਦਿਖਾ ਦੂੰਗਾ, ਪਰ ਫਾਈਨਲ ਜਿਹੜਾ ਦੁੱਧ ਆ ਸੂਈ ਸਵਾਈ ਮੱਝ ਆ 2 ਟਾਈਮ ਚੋ ਕੇ ਤੁਹਾਨੂੰ ਕਨਫਰਮ ਹੋ ਜੂਗਾ ਵੀ ਇਹ ਮੱਝ ਕਿੰਨਾ ਕੁ ਦੁੱਧ ਪਾ ਦੂਗੀ। 1,35,000 ਇਹਦੀ ਡਿਮਾਂਡ ਦੋਸਤੋ ਵੀਰ ਨੇ ਕੀਤੀ ਹੈ, ਮਾਨਤਾਨ ਵਿੱਚੋਂ ਹੋਊਗਾ। ਸੋ ਦੱਸੋ ਮੱਝ ਨੂੰ ਥੋੜ੍ਹਾ ਸਾਈਡ 'ਤੇ ਵੱਧਾ, ਕਿਉਂਕਿ ਇੱਧਰ ਕੰਧ ਦੇ ਨਾਲ ਜ਼ਿਆਦਾ ਸੀਗੀ ਮੱਝ, ਸਾਈਡ ਨੂੰ ਖੜ੍ਹਨਾ ਸੀਗਾ ਨੇ। ਸੋ ਤੁਹਾਨੂੰ ਹੁਣ ਦਿਖਾਉਣੇ ਆ ਧਾਰਾਂ ਜਿਹੜੀਆਂ ਥਣਾਂ ਦੇ ਵਿੱਚੋਂ ਕਿੱਦਾਂ ਦੀਆਂ ਹੁੰਦੀਆਂ। ਬਾਈ ਬਲਵਿੰਦਰ ਧਾਰਾਂ ਮਾਰੂਗਾ, ਅਗਲੇ ਥਣਾਂ 'ਚ ਧਾਰ ਦੇਖ ਸਕਦੇ ਹੋ, ਬਹੁਤ ਸੋਹਣੀ ਸਾਫ਼ ਸੁਥਰੀ ਹੈ, ਪਿਛਲੇ ਥਣਾਂ 'ਚੋਂ ਵੀ ਮਾਰ ਦਿੰਦੇ ਹੋ। ਇਹ ਪਿਛਲੇ ਥਣਾਂ 'ਚੋਂ ਵੀ ਧਾਰ ਤੁਸੀਂ ਦੋਵਾਂ 'ਚੋਂ ਦੇਖ ਸਕਦੇ ਹੋ, ਸੋਹਣੀ ਧਾਰ ਆਉਂਦੀ ਹੈ, ਪੋਲੀ ਨਰਮ ਚਵਾਈ ਦੀ ਦਿਸਦੀ ਆ, ਵੱਡੀ ਮੱਝ ਆ ਦੱਸੋ, ਵੇਲ ਕਾਫੀ ਆ ਮੱਝ ਦੀ, ਅਤੇ ਜੇ ਆਪਾਂ ਲੰਬਾਈ ਦੀ ਗੱਲ ਕਰਦੇ ਉਹ ਵੀ ਚੰਗੀ, ਅਤੇ ਹਾਈਟ ਵੀ ਠੀਕ ਹੈ ਸੋਹਣੀ, ਕੱਦ ਕਾਠ ਵੀ ਚੰਗਾ। ਸੋ ਦੱਸੋ ਚਵਾਈ ਬਾਰੇ ਗੱਲ ਕੀਤੀ ਸੀ ਵੀ ਨਰਮ ਚਵਾਈ ਦੀ ਹੈ, ਅਤੇ ਹੁਣ ਤੁਸੀਂ ਧਾਰ ਦੇਖ ਸਕਦੇ ਹੋ, ਬਾਲਟੀ ਕਰਮ ਵਾਲੀ ਨੇਟ ਕਰਦੀ ਆਉਂਦੀ ਹੈ। ਦੁਪਹਿਰੇ ਇਹਨੂੰ ਚੋ ਕੇ ਦੇਖ ਰਹੇ ਹਾਂ, ਵੈਸੇ ਹੀ ਸ਼ੌਂਕ ਹੀ ਆ ਜੀ ਤੁਹਾਨੂੰ ਦਿਖਾ ਰਹੇ ਹਾਂ, ਪਰ ਫਿਰ ਵੀ ਫਾਈਨਲ ਤੁਸੀਂ ਚੋਲੋ ਜੇ। ਪੋਲੀ ਚਰ ਚਵਾਈ ਜਿਹੜੀ ਮੈਂ ਕਿਹਾ ਸੀਗਾ ਉਹ ਤੁਸੀਂ ਹੁਣ ਧਾਰ ਚੌੜੀ ਜਿਹੜੀ ਉਹ ਪੈਂਦੀ ਦੇਖ ਸਕਦੇ ਹੋ ਪਿਛਲੇ ਦੋਵਾਂ ਥਣਾਂ ਦੇ ਵਿੱਚੋਂ।
ਕੋਈ ਵੀ ਬਰੀਡਰ ਲੈ ਜਾਂਦਾ ਜਿੱਦੀ ਤੇ 20 ਕਿਲੋ ਤੇ ਦਿੰਦੀ ਆ ਬਾਈ ਮੈਂ ਅਗਾੜੀ ਹਜੇ ਛੇੜੀ ਨਹੀਂ ਦੋਸਤੋ ਇਹ ਪਿਛਲੇ ਸਮਾਂ ਚ ਦੁੱਧ ਜਿਹੜਾ ਉਹ ਵੀਰ ਚੋਰਿਆ ਥਣਾ ਚੋਵੇਂ ਤੁਹਾਨੂੰ ਅਜੇ ਜੋਸ਼ ਪਿਆ ਦਿਸੂਗਾ ਬਸ ਕਰ ਬਾਈ ਬਾਲਟੀ ਭਰ ਗਈ ਹੈ ਦੋਸਤੋ ਪਰ ਦੁੱਧ ਜਿਹੜਾ ਉਹ ਥਣਾ ਦੇ ਵਿੱਚ ਉਵੇਂ ਹੀ ਆ ਅਗਲੇ ਪਿਛਲੇ ਥਣਾ ਦੇ ਵਿੱਚ ਸੋ ਦੋਸਤੋ ਧਾਰ ਸੋਹਣੀ ਲੱਗੀ ਤੇ ਸੋਚਿਆ ਆਪਾਂ ਵੀ ਧਾਰਾਂ ਮਾਰ ਕੇ ਦੇਖ ਲੈਂਦੇ ਹਾਂ ਹਾਲਾਂਕਿ ਤੁਸੀਂ ਪਾਸ ਕਰ ਲਓ ਜੇ ਪਰ ਦੇਖ ਸਕਦੇ ਹੋ ਧਾਰ ਥਣਾ ਦੇ ਵਿੱਚੋਂ ਬਹੁਤ ਸੋਹਣੀ ਆਉਂਦੀ ਹੈ ਪਾਸ ਕਰ ਦਿੰਦਾ ਮੈਂ ਤੁਹਾਨੂੰ ਧਾਰ ਵਾਲੇ ਪਾਸੇ ਦੂਜੇ ਲੋੜ ਦੀ ਵਾਰ ਧਾਰ ਬਾਲਟੀ ਥੱਲੇ ਕਰ ਲੈਣਾ ਡਰਦਾ ਹੈਗਾ ਜੀ ਕਰਿਆ ਬਾਈ ਦਾ ਜੋ ਚੱਲ ਜੀ ਸੋ ਸੋ ਦੱਸੋ ਆ ਕੇ ਤੁਸੀਂ ਦੇਖ ਸਕਦੇ ਹੋ ਸੋਹਣਾ ਦੁੱਧ ਮੱਝ ਨੇ ਕਰਨਾ ਹੁਣ ਵੀ ਦੁੱਧ ਚੰਗਾ ਬਾਕੀ ਦੋ ਟਾਈਮ ਚੋਲੋ ਜੇ ਸੂਈ ਸਵਾਈ ਮੱਝ ਤਸੱਲੀ ਤੁਸੀਂ ਕਰ ਸਕਦੇ ਹੋ ਧੰਨਵਾਦ।